ਭਰਤੀ ਜੀ 1974 ਚ ਹੋਏ ਸੀਗੇ ਇਹ ਤੇ ਰਿਟਾਇਰ 1999 ਚ ਰਿਟਾਇਰ ਹੋਏ ਸੀ ਜਿਹੜਾ ਫੌਜ ਚ ਹੈ ਹੁਣ ਅੱਗੇ ਕਹਿੰਦੇ ਨੇ ਅੱਤਵਾਦੀ ਨੇ ਜੇ ਇਹਦਾ ਮਤਲਬ ਸਾਰੇ ਫੌਜੀ ਅੱਤਵਾਦੀ ਲਾ ਰੱਖੇ ਨੇ ਇਹਨਾਂ ਨੇ ਉੱਥੇ ਬਾਰਡਰ 'ਤੇ ਜੇ ਉਹ ਆਪ ਮੇਰੇ ਫਾਦਰ ਸਾਹਿਬ ਅੱਤਵਾਦੀ ਨੇ ਫਿਰ ਤਾਂ ਸਾਰੇ ਦੇਸ਼ ਦਾ ਫੌਜੀ ਜਿੰਨੇ ਵੀ ਨੇ ਜੀ ਉਹ ਸਾਰੇ ਅੱਤਵਾਦੀ ਨੇ ਜੀ ਫਿਰ ਇਹਨਾਂ ਨੂੰ ਤਾਂ ਫੌਜ ਤੋਂ ਵੀ ਡਰਨਾ ਚਾਹੀਦਾ ਇਹਨਾਂ ਨੂੰ ਸਾਰੀ ਮਿਲਟਰੀ ਹਟਾ ਕੇ ਆਪ ਬਾਰਡਰਾਂ 'ਤੇ ਖੜਨਾ ਚਾਹੀਦਾ ਇਹਨਾਂ ਨੂੰ ਮੰਤਰੀਆਂ ਨੂੰ ਜੋ ਵੀ ਅੱਤਵਾਦੀ ਜੀ ਤਾਂ ਮੈਂ ਕਹਿੰਦੀ ਹਾਂ ਮੋਦੀ ਸਰਕਾਰ ਹੈ ਅੱਤਵਾਦੀ ਮੈਨੂੰ ਜੀ ਸ਼ਨੀਵਾਰ ਇਹਨਾਂ ਦਾ ਫੋਨ ਆਇਆ ਸੀਗਾ 29 ਤਰੀਕ ਦੇ ਨੇੜੇ ਤੇੜੇ ਵੀ ਇਹ ਗ੍ਰਿਫਤਾਰ ਹੋ ਗਏ ਨੇ ਜੀਤ ਸਿੰਘ ਤੁਹਾਡੇ ਕੀ ਲੱਗਦੇ ਮੈਂ ਫਾਦਰ ਸਾਹਿਬ ਲੱਗਦੇ ਕਹਿੰਦੇ ਵੀ ਇਹ ਬਰਾੜੀ ਗਰਾਊਂਡ 'ਚ ਗ੍ਰਿਫਤਾਰ ਹੋਏ ਨੇ ਕਿੱਥੋਂ ਵੀ ਤੁਹਾਡਾ ਇਹਨਾਂ ਦਾ ਕੋਈ ਵੀ ਵਕੀਲ ਕੋਲ ਜੋ ਕੋਈ ਕਰਨਾ ਅਤੇ ਉਹ ਤੁਸੀਂ ਕਾਰਵਾਈ ਕਰ ਸਕਦੇ ਹੋ ਜੇ ਮਿਲਣਾ ਚਾਹੁੰਦੇ ਹੋ ਤਾਂ ਉਹਨਾਂ ਨਾਲ ਗੱਲ ਕਰਕੇ ਆ ਸਕਦੇ ਹੋ ਇਹਨਾਂ ਨੂੰ ਤਾਂ ਮਹੀਨੇ ਤੋਂ ਉੱਤੇ ਹੋਊਗਾ ਜੀ ਇਹ ਬਸ ਇਹ ਕਹਿ ਗਏ ਸੀਗੇ ਵੀ ਜਦੋਂ ਮੈਂ ਮੋਰਚੇ ਚੱਲਾਂ ਜਦੋਂ ਹੱਲ ਹੋਊਗਾ ਉਦੋਂ ਹੀ ਵਾਪਸ ਆਵਾਂਗੇ ਜੀ ਹਾਂ ਜੀ ਹਾਂ ਡੇਲੀ ਗੱਲ ਹੁੰਦੀ ਸੀ ਕੋਈ ਵੀ ਦਿਨ ਹੋਣਾ ਵੀ ਜਿਹੜਾ ਛੁੱਟਦਾ ਹੋਣਾ ਨਹੀਂ ਡੇਲੀ ਗੱਲ ਹੁੰਦੀ ਸੀ ਵੀ ਕਿੱਦਾਂ ਕੀ ਕੁਛ ਚੱਲ ਰਿਹਾ ਉੱਥੇ ਕਿੱਦਾਂ ਦੀ ਗੱਲਬਾਤ ਹੈ ਇਹ ਡੇਲੀ ਗੱਲ ਹੁੰਦੀ ਸੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਕਿੰਨੇ ਦਿਨਾਂ ਬਾਅਦ ਤੁਹਾਨੂੰ ਜਿਹੜਾ ਪੁਲਿਸ ਨੇ ਇਤਲਾਹ ਕਰਕੇ ਦੱਸਿਆ ਮੈਨੂੰ ਤਾਂ ਜੀ ਅਗਲੇ ਦਿਨ ਹੀ ਫੋਨ ਆ ਗਿਆ ਸੀ ਮੇਰੀ 27 ਤਰੀਕ ਨੂੰ ਗੱਲ ਹੋਈ ਸੀ ਉਹਨਾਂ ਨਾਲ 27 ਤਰੀਕ ਤੋਂ ਬਾਅਦ 28 ਤਰੀਕ ਨੂੰ ਮੈਨੂੰ ਕੋਈ ਫੋਨ ਨਹੀਂ ਕਿਸੇ ਦਾ ਵੀ ਆਇਆ ਨਾ ਫਾਦਰ ਸਾਹਿਬ ਦਾ ਆਇਆ ਨਾ ਉਹਨਾਂ ਕਿਸੇ ਦਾ ਹੋਰ ਦਾ ਆਇਆ ਅਤੇ ਫਿਰ ਸ਼ਨੀਵਾਰ 29 ਤਰੀਕ ਮੇਰੇ ਖਿਆਲ ਜੀ ਉਹਨਾਂ ਦਾ ਫੋਨ ਜੇਲ੍ਹ 'ਚੋਂ ਫੋਨ ਆਇਆ ਸੀਗਾ ਤਿਹਾੜ ਜੇਲ੍ਹ 'ਚੋਂ ਬਸ ਉਹਨਾਂ ਨੇ ਹੀ ਦੱਸਿਆ ਸੀ ਵੀ ਗ੍ਰਿਫਤਾਰੀ ਹੋ ਗਈ ਫਿਰ ਉਦੋਂ ਬਾਅਦ ਉਹ ਜਥੇਬੰਦੀ ਦੇ ਉਹਨਾਂ ਦੇ ਨਾਲ ਜਿਹੜਾ ਸੀਗਾ ਬੰਦੇ ਉਹਨਾਂ ਦੇ ਇੱਕ ਬੰਦੇ ਦਾ ਫੋਨ ਆਇਆ ਵੀ ਐਵੇਂ ਕਰਕੇ ਗ੍ਰਿਫਤਾਰੀ ਹੋ ਗਈਆਂ ਨੇ ਕਈ ਜਣਿਆਂ ਦੀਆਂ ਦੱਸਿਆ ਉਹਨਾਂ 30-40 ਜਣਿਆਂ ਨੇ ਵੀ ਉਹਨਾਂ ਨੂੰ ਲਿਜਾਇਆ ਗਿਆ ਅਤੇ ਕਰਦੇ ਪਏ ਪ੍ਰੋਸੈਸ ਅੱਗੋਂ ਛਡਾਉਣ ਦਾ ਉਹਨਾਂ ਨੂੰ ਮੇਰੀ ਜੀ 4-5 ਦਿਨ ਵਾਧੂ ਹੀ ਹੋਈ ਸੀ ਹੁਣ ਉਦੋਂ ਵਰਤ ਕੇ ਤਾਂ ਕੋਈ ਗੱਲ ਨਹੀਂ ਹੋਈ ਜੀ 2-3 ਤਰੀਕ ਨੂੰ ਗੱਲ ਹੋਈ ਸੀ ਉਹਨਾਂ ਨੇ ਤਾਂ ਬਸ ਇਹੀ ਦੱਸਿਆ ਸੀ ਵੀ ਮੈਂ ਅਸੀਂ ਉੱਥੇ ਬੈਠੇ ਸੀਗੇ ਸਾਰੇ ਜਾਣੇ ਵੀ ਸਾਨੂੰ ਉੱਥੇ ਬੈਠਿਆਂ ਨੂੰ ਸਾਰਿਆਂ ਨੂੰ ਚੁੱਕਿਆ ਗਿਆ ਅਤੇ ਸੇਵਾ ਕਰਦੇ ਸੀ ਉਹ ਜ਼ਿਆਦਾਤਰ ਪਾਣੀ ਗਰਮ ਕਰਨ ਦੀ ਸੇਵਾ ਕਰਦੇ ਸੀ ਉੱਥੇ ਵੀ ਬਰਾੜੀ ਗਰਾਊਂਡ 'ਚ ਵੀ ਗਰਮ ਪਾਣੀ ਕਰਨਾ ਸਵੇਰੇ ਸੰਗਤ ਵਾਸਤੇ ਜੋ ਵੀ ਸਮਾਨ ਸਮੂਹ ਸੀ ਉਹ ਸਾਰਾ ਲੈ ਕੇ ਆਉਂਦੇ ਕਰਦੇ ਸੀ ਹਾਂਜੀ ਗੱਡੀ ਕਹਿੰਦੇ ਸੀ ਮੇਰੀ ਵੀ ਉੱਥੇ ਬਰਾੜੀ ਗਰਾਊਂਡ 'ਚ ਖੜ੍ਹੀ ਆ ਅਤੇ ਵਿੱਚ ਮੋਬਾਈਲ 'ਤੇ ਪੈਸੇ ਨੇ ਉੱਥੇ ਅਤੇ ਉਹ ਮੈਨੂੰ ਵੀ ਉੱਥੇ ਖੜ੍ਹੀ ਆ ਜਦੋਂ ਪਤਾ ਕੀਤਾ ਤਾਂ ਉਹ ਕਹਿੰਦੇ ਜੀ ਗੱਡੀ ਇੱਥੇ ਤਾਂ ਹੈ ਨਹੀਂ ਜੀ ਹੁਣ ਕਹਿੰਦੇ ਕੋਈ ਕਹਿੰਦਾ ਜੀ ਪੁਲਿਸ ਵਾਲੇ ਲੈ ਕੇ ਗਏ ਨੇ ਗੱਡੀ ਜੀ ਕੋਈ ਕਹਿੰਦਾ ਜੀ ਉੱਥੇ ਕੀ ਪਾਏ ਕਿੱਧਰ ਗਏ ਕਿੱਧਰ ਨਹੀਂ ਹੁਣ ਕੁਛ ਗੱਡੀ ਦਾ ਤਾਂ ਕੁਛ ਨਹੀਂ ਪਤਾ ਲੱਗ ਰਿਹਾ ਵੀ ਉੱਥੇ ਕਿੱਥੇ ਹੈ ਕਿੱਥੇ ਨਹੀਂ ਨਹੀਂ ਜੀ ਅਜੇ ਤੱਕ ਤਾਂ ਨਹੀਂ ਮਿਲਿਆ ਹਾਂਜੀ ਜੋ ਜੇ ਉਹਨਾਂ ਨੇ ਵਕੀਲ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਗੱਲ ਔਨਲਾਈਨ ਕਰਾ ਦਾਂਗੇ ਅਤੇ ਉੱਥੇ ਮਿਲਣੇ ਦਾ ਤੁਹਾਨੂੰ ਅਜੇ ਜਾਣ ਦੀ ਲੋੜ ਨਹੀਂ ਭਰਤੀ ਜੀ 1974 ਚ ਹੋਏ ਸੀਗੇ ਇਹ ਤੇ ਰਿਟਾਇਰ 1999 ਚ ਰਿਟਾਇਰ ਹੋਏ ਸੀ ਜੱਟ ਸਿੱਖ ਰੈਜੀਮੈਂਟ ਚ ਭਰਤੀ ਹੋਏ ਸੀ ਘਰਦੇ ਹਾਲਾਤਾਂ ਦੀ ਗੱਲ ਕਰੀਏ ਤੇ ਕਿੰਨੇ ਤੁਸੀਂ ਭੈਣ ਭਾਈ ਹੋ ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਕੌਣ ਕਮਾਈ ਦਾ ਸਾਧਨ ਕੀ ਹੈ ਭੈਣ ਭਾਈ ਅਸੀਂ 4 ਹਾਂ ਜੀ 3 ਭੈਣਾਂ ਨੇ ਚੌਥਾ ਮੈਂ ਜੀ ਤਿੰਨੇ ਭੈਣਾਂ ਤਾਂ ਗਈਆਂ ਨੇ ਜੀ ਮੈਂ ਕੁਆਰਾਂ ਜੀ ਅਤੇ ਸਾਧਨ ਤਾਂ 1 ਕਿੱਲਾ ਜ਼ਮੀਨ ਦਾ ਜੀ ਉਹਨਾਂ ਦੀ ਪਿਲਸਨ ਆਉਂਦੀ ਆ ਮੈਂ ਸੇਵਾ ਕੇਂਦਰ ਪ੍ਰਾਈਵੇਟ ਜੋਬ ਕਰਦਾ ਜੀ ਸਿਕਿਉਰਿਟੀ ਗਾਰਡ ਦੀ ਬਸ ਇਹੀ ਕੋਈ ਸਾਧਨ ਆ ਕਮਾਈ ਦਾ ਹੋਰ ਤਾਂ ਕੋਈ ਸਾਧਨ ਨਹੀਂ ਹੈਗਾ ਉਹਨਾਂ ਦੀ ਪਿਲਸਨ ਆਉਂਦੀ ਆ ਉਹਨਾਂ ਦਾ ਉਹੀ ਗੁਜ਼ਾਰਾ ਕਰਦਾ ਜੀ ਜੇਕਰ ਹੁਣ ਗੱਲ ਕਰੀਏ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਜਿਹੜੇ ਫਾਦਰ ਸਾਹਿਬ ਨੂੰ ਥੋੜ੍ਹੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਘਰ ਦੇ ਕਿਸ ਤਰ੍ਹਾਂ ਦੇ ਲੋਕਾਂ ਦਾ ਲੋਕ ਤਾਂ ਬਸ ਜਾਂਦੇ ਨੇ ਪੁੱਛਦੇ ਨੇ ਵੀ ਹਾਂ ਕਿੱਦਾਂ ਕਦੋਂ ਕੀ ਬਣਿਆ ਉੱਥੇ ਕਿੱਦਾਂ ਹੋਏਗਾ ਕਦੋਂ ਹੋਏਗਾ ਬਸ ਇਹੀ ਪੁੱਛ ਲੈਂਦੇ ਨੇ ਕੋਈ ਕੀ ਪੁੱਛਦਾ ਕੋਈ ਕੀ ਪੁੱਛਦਾ ਬਸ ਇਸ ਜਵਾਬ ਹੈ ਵੀ ਜਦੋਂ ਤੱਕ ਪ੍ਰੋਟੈਸਟ ਚੱਲਦਾ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਜੀ ਵੀ ਜਿੰਨਾ ਚਿਰ ਉਹ ਚੱਲਦਾ ਅਤੇ ਅਸੀਂ ਜੇ ਉਹਨਾਂ ਨੂੰ ਸਾਨੂੰ ਵੀ ਲੋੜ ਪਈ ਜਾਣ ਦੀ ਅਸੀਂ ਵੀ ਜਾ ਕੇ ਦੁਬਾਰਾ ਆਵਾਂਗੇ ਮੈਂ ਜਗਿਆ ਸੀ ਅਸੀਂ ਜਾ ਕੇ ਆ ਗਏ ਸੀਗੇ ਕਿਉਂਕਿ ਡਿਊਟੀ ਕਰਦੇ ਹਾਂ ਸ਼ਨੀ ਐਤਵਾਰ ਜਾ ਕੇ ਆ ਜਾਈਦਾ ਜੀ ਜਾਈਦਾ ਜੀ ਇੱਕ ਦੋ ਵਾਰੀ ਜਾ ਕੇ ਆਏ ਸੀ ਉੱਥੇ ਕੋਈ ਇਹ ਚੀਜ਼ ਦਾ ਕੋਈ ਡਰ ਨਹੀਂ ਹੈਗਾ ਜੀ ਸਾਨੂੰ ਭਾਵੇਂ ਸਾਨੂੰ ਆਪ ਗ੍ਰਿਫਤਾਰ ਕਰ ਲੈਣ ਸਾਨੂੰ ਇਹ ਚੀਜ਼ ਦਾ ਵੀ ਕੋਈ ਡਰ ਨਹੀਂ ਜਮਾਨਤ ਨਹੀਂ ਹੁੰਦੀ ਛੇਤੀ ਗਏ ਇਸ ਕਰਕੇ
ਚੱਕਰ ਪੈ ਰਿਹਾ ਜੀ। ਤੁਸੀਂ ਸਮਝਦੇ ਹੋ ਕਿ ਜਿਸ ਤਰ੍ਹਾਂ ਦਿੱਲੀ ਪੁਲਿਸ ਜਾਂ ਦਿੱਲੀ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਉੱਥੇ ਕਿਸਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ, ਮਾਹੌਲ ਖਰਾਬ ਕੀਤਾ ਗਿਆ? ਨਹੀਂ ਨਹੀਂ, ਤੁਹਾਡੇ ਪਿਤਾ ਨੇ ਦੇਸ਼ ਦੀ ਸੇਵਾ ਦੇ ਲਈ 15 ਸਾਲ ਆਪਣੇ ਲਾਏ ਨੇ। ਇਹ ਤਾਂ ਜੀ ਉਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਸਾਡੇ ਦੇਸ਼ ਦਾ ਫੌਜੀ ਇੱਕ ਜਿਹੜਾ ਫੌਜ 'ਚ ਹੈ, ਹੁਣ ਅੱਗੇ ਕਹਿੰਦੇ ਨੇ ਅੱਤਵਾਦੀ ਨੇ, ਜੇ ਇਹਦਾ ਮਤਲਬ ਸਾਰੇ ਫੌਜੀ ਅੱਤਵਾਦੀ ਲਾ ਰੱਖੇ ਨੇ ਇਹਨਾਂ ਨੇ ਉੱਥੇ ਬਾਰਡਰ 'ਤੇ, ਜੇ ਉਹ ਆਪ ਮੇਰੇ ਫਾਦਰ ਸਾਹਿਬ ਅੱਤਵਾਦੀ ਨੇ ਫਿਰ ਤਾਂ ਸਾਰੇ ਦੇਸ਼ ਦਾ ਫੌਜੀ ਜਿੰਨੇ ਵੀ ਨੇ ਜੀ ਉਹ ਸਾਰੇ ਅੱਤਵਾਦੀ ਨੇ ਜੀ। ਫਿਰ ਇਹਨਾਂ ਨੂੰ ਫੌਜ ਤੋਂ ਵੀ ਡਰਨਾ ਚਾਹੀਦਾ, ਇਹਨਾਂ ਨੂੰ ਸਾਰੀ ਮਿਲਟਰੀ ਹਟਾ ਕੇ ਆਪ ਬਾਰਡਰਾਂ 'ਤੇ ਖੜਨਾ ਚਾਹੀਦਾ, ਇਹਨਾਂ ਨੂੰ ਮੰਤਰੀਆਂ ਨੂੰ ਜੋ ਵੀ ਦਿੱਲੀ ਦੀ ਪੁਲਿਸ ਹੋ ਗਈ, ਪੁਲਿਸ ਨੂੰ ਲਾ ਦੇਣ ਦਿੱਲੀ ਦੀ ਨੂੰ, ਇਹਨਾਂ ਨੂੰ ਕੁੱਟਮਾਰ ਕਰ ਰਹੀ ਹੈ। ਇਹ 26 ਫੜੇ ਫਾਦਰ ਸਾਹਿਬ, 28 ਤਰੀਕ ਨੂੰ ਗ੍ਰਿਫਤਾਰ ਕੀਤੇ ਨੇ, ਬੈਠਿਆਂ ਨੂੰ ਗ੍ਰਿਫਤਾਰ ਕੀਤੇ ਨੇ। 307 ਧਾਰਾ ਦਾ ਮਤਲਬ ਹੀ ਨਹੀਂ ਬਣਦਾ ਜੀ, 307 ਧਾਰਾ ਕਿਸੇ ਨੂੰ ਮਾਰਨ ਦੇ ਕੇਸ ਦਾ ਕੋਈ ਮੇਰੇ ਖਿਆਲ ਬਣਦੀ ਹੈ ਜੀ, ਇਹ ਇਹਨਾਂ ਨੇ ਬੈਠਿਆਂ ਨੂੰ ਜਾ ਕੇ ਫੜਨਾ, ਇਹ 307 ਕਾਰੀ ਧਾਰਾ ਬਣਾ ਤੀ ਇਹਨਾਂ ਨੇ। ਇਹਨਾਂ ਦਾ ਕੋਈ ਕਿੰਨੇ ਉਮਰ ਕਿੰਨੀ ਤੁਹਾਡੇ ਪਿਤਾ ਜੀ? ਮੇਰੇ ਪਿਤਾ ਜੀ ਉਮਰ 70 ਸਾਲ ਦੇ ਨੇੜੇ ਹੈ ਜੀ। ਜੇਕਰ ਸਰੀਰ ਪੱਖੋਂ ਗੱਲ ਕੀਤੀ ਜਾਵੇ ਕਿ ਪੂਰੇ ਫਿੱਟ ਫਾਟ ਨੇ ਜਾਂ ਫਿੱਟ ਫਾਟ ਤੇ 1900 ਤੁਸੀਂ ਲਾ ਲਓ 70 ਸਾਲ ਦੀ ਉਮਰ 'ਚ ਬਜ਼ੁਰਗ ਦੇ ਕੀ ਕਿਵੇਂ ਦੀ ਉਹ ਵੀ ਹੈ ਜੀ, ਹੋਰ ਬਿਮਾਰੀ ਬਿਮਾਰੀ ਤਾਂ ਉਹਨਾਂ ਨੂੰ ਕੁਛ ਨਹੀਂ ਵੀ ਸਾਹ ਸੂਹ ਦੀ ਮਾੜਾ ਮੋਟਾ ਚੜ੍ਹਦਾ ਹੈ ਉਹਨਾਂ ਨੂੰ ਵੀ ਉਮਰ ਦੇ ਹਿਸਾਬ ਨਾਲ, ਹੋਰ ਕੋਈ ਬਿਮਾਰੀ ਪੱਖੋਂ ਦਾ ਕੁਛ ਨਹੀਂ। ਇੱਕ ਗੋਡੇ 'ਤੇ ਸੱਟ ਹੈ ਥੋੜ੍ਹੀ ਜਿਹੀ, ਸ਼ੋ ਪਹਿਲਾਂ ਲੱਗੀ ਹੋਈ ਸੀਗੀ, ਬਸ ਉਹਦੇ ਕਰਕੇ ਥੋੜ੍ਹੀ ਦਿੱਕਤ ਆਉਂਦੀ ਉਹਨਾਂ ਨੂੰ ਗੋਡੇ ਤੋਂ ਜੀ। ਜਥੇਬੰਦੀ ਦਾ ਜੀ ਜੋ ਵੀ ਅਜੇ ਤੱਕ ਤਾਂ ਜੀ ਪਹਿਲੇ 1-2 ਵਾਰੀ ਆਏ ਨੇ, ਪਤਾ ਕਰਕੇ ਗਏ ਨੇ ਕੀ ਚੱਕਰ ਹੈ। ਮੈਂ ਹਜੇ ਸਹੀ ਹੈ ਵੀ ਜੋ ਵੀ ਹੋ ਰਿਹਾ ਤਾਂ ਗੱਲਬਾਤ ਹੁੰਦੀ ਰਹਿੰਦੀ ਜੀ ਉਹਨਾਂ ਨਾਲ, ਤਾਂ ਹੋਰ ਤਾਂ ਕੁਛ ਵੀ ਨਹੀਂ ਗੱਲ ਹੋਈ ਅਜੇ ਤੱਕ। ਕੋਈ ਇੱਥੇ ਦਾ ਪ੍ਰਸ਼ਾਸਨ ਅਧਿਕਾਰੀ ਜੀ, ਕੋਈ ਲੀਡਰ ਤੁਹਾਡੇ ਘਰ ਦੇ ਵਿੱਚ ਆਇਆ ਕੋਈ ਕਿਸੇ? ਲੋਕਲ ਤਾਂ ਜੀ ਸਿਰਫ 2 ਪੁਲਿਸ ਮੁਲਾਜ਼ਮ ਆਏ ਸੀਗੇ ਜੋ ਪਤਾ ਕਰਕੇ ਗਏ ਸੀ ਵੀ ਫਾਦਰ ਸਾਹਿਬ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਇੱਕ ਵਾਰੀ ਸਾਨੂੰ ਕਾਲ ਜ਼ਰੂਰ ਕਰਿਓ ਜੀ, ਫਿਰ ਕਿਸੇ ਹੋਰ ਨਾਲ ਗੱਲ ਕਰਨੀ ਹੈ, ਜੇ ਕੋਈ ਤੁਹਾਨੂੰ ਪਰੇਸ਼ਾਨੀ ਆਉਂਦੀ ਸਾਨੂੰ ਪਹਿਲਾਂ ਦੱਸਿਓ ਜੀ, ਹੋਰ ਤਾਂ ਕੋਈ ਵਾਰ ਦਾ ਕੋਈ ਵੀ ਨਹੀਂ ਹੋ ਜਾਏ ਮੁਲਾਜ਼ਮ। ਕੀ ਕਹਿਣਾ ਚਾਹੁੰਦੇ ਕੇਂਦਰ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜੇ ਤਾਂ ਜੇਲ੍ਹਾਂ 'ਚ ਬੰਦ ਕਰਕੇ ਕੋਈ ਉਹਨਾਂ ਦਾ ਹੱਲ ਨਿਕਲਦਾ ਵੀ ਉਹਨਾਂ ਦੀ ਵੀ ਮੰਨੀ ਜਾਂਦੀ, ਫਿਰ ਤਾਂ ਸਾਰਿਆਂ ਨੂੰ ਕਰਕੇ ਇੱਕ ਵਿੱਚ ਕੰਮ ਨਿਬੇੜ ਲੈਣ ਉਹ, ਜੇ ਉਹਨਾਂ ਨੇ ਆਪਣੀ ਵੀ ਚਲਾਉਣੀ ਹੈ ਫਿਰ ਕਾਨੂੰ ਧੱਕੇਸ਼ਾਹੀ 'ਤੇ ਇੰਨਾ ਟਾਈਮ ਲਾ ਰਹੇ ਨੇ ਉਹ, ਇਹ ਚੀਜ਼ ਦਾ ਤਾਂ ਕੋਈ ਉਹ ਨਹੀਂ ਬਣਦਾ ਹੈਗਾ ਜੀ ਇਹਨਾਂ ਦਾ, ਅਤੇ ਬੈਠਿਆਂ ਨੂੰ ਫੜਨਾ ਕੋਈ ਗੱਲ ਨਹੀਂ। ਜੇ ਕਹਿੰਦੇ ਨੇ ਵੀ ਇਹਨਾਂ ਨੇ ਹੁੱਲੜਬਾਜ਼ੀ ਕੀਤੀ, ਪੁਲਿਸ ਹੁੱਲੜਬਾਜ਼ੀ ਤਾਂ ਪੁਲਿਸ ਆਪ ਕਰਦੀ ਪਈ ਹੈ, ਜਿਹੜੇ ਬੈਠਿਆਂ ਨੂੰ ਬਿਠਾਉਂਦੇ ਚੱਕਦੀ ਹੈ ਉਹਨੂੰ ਹੁੱਲੜਬਾਜ਼ੀ ਕਿਹਾ ਜਾਂਦਾ, ਹੁੱਲੜਬਾਜ਼ੀ ਜਿਹੜਾ ਵੀ ਬੈਠਿਆਂ ਨੂੰ ਆਪਾਂ ਤੰਗ ਕਰੀਏ ਉਹ ਹੁੱਲੜਬਾਜ਼ੀ ਹੁੰਦੀ ਹੈ। ਹੁਣ ਤੱਕ ਤਾਂ ਇਹੀ ਸੀ ਕੁਛ ਸਿੱਖਣ ਨੂੰ ਮਿਲਿਆ ਵੀ ਆਹ ਚੀਜ਼ ਹੁੰਦੀ ਹੈ ਜੀ, ਜਿਹੜਾ ਸਰਕਾਰ ਨੂੰ ਪਤਾ ਵੀ ਬੈਠਾ ਹੁੱਲੜਬਾਜ਼ੀ ਕਰਦਾ ਉਹ ਉਹਨਾਂ ਨੂੰ ਪਤਾ ਹੋਊਗਾ ਜੀ ਕੁਛ। ਬਲਬੀਰ ਕੌਰ ਕੀ ਲੱਗਦਾ ਜੀ ਸਿੰਘ ਪਤੀ ਲੱਗਦੇ ਜੀ, ਮਤਲਬ ਕਦੋਂ ਗਏ ਸੀ ਦਿੱਲੀ ਅਤੇ ਘਰ ਕੀ ਕਹਿ ਕੇ ਗਏ ਸੀ? ਮਹੀਨਾ ਹੋ ਗਿਆ ਜੀ ਗਿਆ ਨੂੰ, ਅਤੇ ਅਸੀਂ ਖੁਦ ਆਪ ਹੀ ਕਿਹਾ ਸੀ ਵੀ ਤੁਸੀਂ ਜਾਓ ਵੀ ਜਾ ਕੇ ਸਭਨਾਂ ਦਾ ਸਾਥ ਦਿਓ, ਸਾਡਾ ਹੱਕ ਹੈ ਅਸੀਂ ਹੱਕ ਆਪਣਾ ਲੈ ਕੇ ਆਵਾਂਗੇ, ਅਸੀਂ ਵੀ ਜਾਵਾਂਗੇ, ਅਸੀਂ ਜਾਂਦੇ ਵੀ ਹਾਂ, ਸਾਡਾ ਵੀ ਜੀ ਕਰਦੇ ਜਾ ਕੇ ਬੈਠੀਏ। ਸਾਨੂੰ ਤਾਂ ਪਰਮਾਤਮਾ ਨੇ ਇਹ ਸਿਖਾਇਆ ਵੀ ਸੱਚ ਕਹੋ ਅਤੇ ਸੱਚ ਦਾ ਬੇੜਾ ਹੀ ਪਾਰ ਹੁੰਦਾ। ਹਾਂਜੀ, ਤੁਹਾਡੇ ਪਤੀ ਨੇ ਜਿਹੜੀ ਆਪਣੀ ਜ਼ਿੰਦਗੀ ਆ ਉਹ ਦੇਸ਼ ਦੇ ਲੇਖੇ ਲਾਈ ਹੈ, ਅਤੇ ਹੁਣ ਜਿਹੜੀ ਸਰਕਾਰਾਂ ਨੇ ਉਹ ਕਹਿ ਰਹੇ ਨੇ ਕਿ ਇੱਥੇ ਅੱਤਵਾਦੀ ਨੇ, ਇਹਨਾਂ ਨੇ ਇੱਥੇ ਆ ਕੇ ਮਾਹੌਲ ਖਰਾਬ ਕੀਤਾ। ਅੱਤਵਾਦੀ ਜੀ ਤਾਂ ਮੈਂ ਤਾਂ ਨਹੀਂ ਹਾਂ, ਮੋਦੀ ਸਰਕਾਰ ਹੈ ਅੱਤਵਾਦੀ। ਹੁਣ ਅਸੀਂ ਆਪਣਾ ਹੱਕ ਲੈਣ ਜਾਂਦੇ ਹਾਂ, ਅਸੀਂ ਅੱਤਵਾਦੀ ਕਰਦੇ ਹਾਂ, ਉਹ ਗਲਤ ਕਰ ਰਹੀ ਹੈ, ਬਹੁਤ ਜ਼ਿਆਦਾ ਗਲਤ ਧੱਕਾ ਕਰ ਰਹੀ ਹੈ, ਪਰ ਉਹਨਾਂ ਨੂੰ ਚਾਹੀਦਾ ਨਹੀਂ ਇਸ ਕੰਮ ਵਿੱਚ ਧੱਕਾ ਕਰਨਾ। ਹੁਣ ਕੀ ਕਹਿੰਦੇ ਨੇ ਕਿ ਕਦੋਂ ਤੱਕ ਜੇਲ੍ਹ ਤੋਂ ਜਿਹੜਾ ਬਾਹਰ ਆ ਸਕਦੇ ਨੇ? ਬਾਹਰ ਤਾਂ ਉਹਨਾਂ ਦੀ ਮਰਜ਼ੀ ਹੈ ਜੀ, ਉਹ ਹੱਥ ਸਰਕਾਰ ਦੇ ਸਭ ਕੁਛ, ਆਪਾਂ ਹੱਥ ਆਪਣੇ ਵਢਾਏ ਨੇ, ਆਪਾਂ ਸਰਕਾਰ ਬਣਾਈਏ ਆਪਣੇ ਤੋਂ ਜ਼ੋਰ ਚਾੜਿਆ, ਉਹਨਾਂ ਜਦੋਂ ਛੱਡਣਗੇ ਉਦੋਂ ਛੱਡ ਦੇਣਗੇ। ਹੁਣ ਸਾਰੇ ਜਿਹੜੇ ਘਰ ਦੀ ਜ਼ਿੰਮੇਵਾਰੀ ਆ ਉਹ ਤੁਹਾਡੇ ਉੱਤੇ ਆਈ ਹੈ? ਕੋਈ ਡਰ ਨਹੀਂ ਜੀ, ਇਹ ਤਾਂ ਪਰਮਾਤਮਾ ਦੀ ਕਿਰਪਾ ਹੈ, ਅਸੀਂ ਸਾਨੂੰ ਕੋਈ ਕਿਸੇ ਗੱਲ ਦਾ ਡਰ ਨਹੀਂ, ਸਾਨੂੰ ਪਰਮਾਤਮਾ ਇੱਕ ਟਾਈਮ ਦੀ ਲੰਗਰ ਪਾਣੀ ਦੇਗਾ, ਅਸੀਂ ਉਹ ਛੱਕ ਕੇ ਗੁਜ਼ਾਰਾ ਕਰਾਂਗੇ, ਸਾਨੂੰ ਕੋਈ ਡਰ ਨਹੀਂ ਲੱਗਦਾ। ਅਸੀਂ ਉਹ ਬਾਜਮ ਵਾਲੇ ਦੇ ਖੂਨ ਆ। ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਘਰ ਦੇ? ਤਾਂ ਫਿਰ ਬੇਟਾ ਜੀ ਹੁਣ 3 ਬੇਟੀਆਂ ਸਨ, ਇੱਕ ਬੇਟਾ ਹੈ, ਅਤੇ ਬਸ ਟਾਈਮ ਪਾਸ ਪਰਮਾਤਮਾ ਕਰੀ ਜਾਂਦਾ। ਕੀ ਹੁਣ ਜਿਹੜਾ ਧਰਨੇ 'ਚ ਪ੍ਰਦਰਸ਼ਨ ਚੱਲ ਰਹੇ ਨੇ, ਕੀ ਤੁਸੀਂ ਜਾ ਰਹੇ ਹੋ ਜਾਂ ਪਿੱਛੇ ਪੈਰ ਪੱਟ ਲੈਣੇ, ਕਿਉਂਕਿ ਤੁਹਾਡਾ ਜਿਹੜਾ ਘਰ ਦਾ ਮੁਖੀ ਸੀ ਉਹ ਜੇਲ੍ਹ 'ਚ ਨੇ? ਅਸੀਂ ਤਾਂ ਨਾਲ ਜਾਵਾਂਗੇ ਜੀ, ਜਿੰਨਾ ਚਿਰ ਮਰਜ਼ੀ ਰੱਖਣ। ਹਾਂਜੀ, ਜਿੰਨਾ ਚਿਰ ਅਸੀਂ ਤਾਂ ਜੇਲ੍ਹ 'ਤੇ ਸਾਨੂੰ ਵੀ ਆਖਣਗੇ, ਜੇਲ੍ਹ 'ਚ ਅਸੀਂ ਵੀ ਹੋ ਜਾਵਾਂਗੇ ਜੀ। ਤੁਹਾਡੀ ਗੱਲ ਹੋਈ ਤੁਹਾਡੇ ਘਰ ਵਾਲੇ ਦੇ ਨਾਲ? ਨਹੀਂ ਜੀ, ਬੱਚੇ ਨਾਲ ਹੀ ਹੋਈ ਥੋੜ੍ਹੀ ਜਿਹੀ ਗੱਲ। ਹਾਂਜੀ, ਮੇਰੇ ਨਾਲ ਨਹੀਂ ਹੋਈ।
अज तक अनेक दुखी भैन भरावां दे घरां नूं बसाउण वाले मनीष आचारिया संपर्क करो 9969900755 पता फगवाड़ा पंजाब तकदीर कदों बदलेगी सच्चा प्यार मिलेगा जां नहीं खोया प्यार वापस पाउणा लव मैरिज सौदन दुश्मन तों छुटकारा जमीनी झगड़ा बीमारी च दवा ना लगना विदेश च पक्का होना कर्जा मुक्ति दे विशेष उपाय जाणो गुप्त वशीकरण कराओ मन चाहा प्यार पाओ लाटरी नंबर पाओ भावें 649 होवे जां लुट्टो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटण नहीं देवांगा 9969900755